ਨਵਦੀਪ ਵਾਟਰ ਕੈਨਨ ਸਟਾਰ ਬੁਆਏ ਕਿਸਾਨਾਂ ਨਾਲ ਜੁੜਿਆ ਹੋਇਆ। ਕੱਲ੍ਹ ਉਹਨੂੰ ਰਿਹਾਈ ਮਿਲੀ ਦੇਰ ਰਾਤ, ਅਤੇ ਕਿਸਾਨਾਂ ਨੇ ਉਹਦੇ ਸਨਮਾਨ ਦੇ ਵਿੱਚ ਇਕੱਠੇ ਹੋਣ ਬਾਰੇ ਇੱਕ ਕੋਸ਼ਿਸ਼ ਕੀਤੀ, ਐਲਾਨ ਕੀਤਾ, ਪਰ ਪੁਲਿਸ ਨੇ ਨਾਲ ਦੀ ਨਾਲ 144 ਵਾਲਾ ਸਿਸਟਮ ਬਣਾਤਾ। ਇੰਨੀਆਂ ਪਾਬੰਦੀਆਂ ਕਿਉਂ ਸਰਕਾਰ, ਇੰਨਾ ਜਲਦੀ ਪੁਲਿਸ ਇੰਨਾ ਜਲਦੀ ਕਿਉਂ ਤਤਪਰ ਹੋ ਜਾਂਦੀ ਹੈ ਰੋਕਣ ਵਾਸਤੇ? ਵੇਖੋ, ਇੱਕ ਚੀਜ਼ ਹੈ, ਤੁਸੀਂ ਨਵਦੀਪ ਦੀ ਗੱਲ ਕੀਤੀ ਹੈ, ਮੈਂ ਦੂਸਰੇ ਪਾਸੇ ਬਾਅਦ ਦੇ ਵਿੱਚ ਆ ਜਾਂਦਾ ਜੀ। ਨਵਦੀਪ ਬਾਰੇ ਅਸੀਂ ਇੱਕ ਦਿਨ ਉਸ ਵੇਲੇ ਖਬਰ ਕੀਤੀ ਸੀਗੀ ਕਿ ਜਦੋਂ ਨਵਦੀਪ ਦੀ ਗੱਲ ਬਿਲਕੁਲ ਦੱਬੀ ਪਈ ਸੀਗੀ, ਜੀ ਜੀ, ਕੋਈ ਗੱਲ ਨਹੀਂ ਸੀ ਕਰ ਰਿਹਾ, ਤਾਂ ਉਸ ਵੇਲੇ ਮੈਂ ਤੁਹਾਨੂੰ ਇੱਕ ਗੱਲ ਦੱਸੀ ਸੀਗੀ ਕਿ ਮਾੜਾ ਜਿਹਾ ਨਵਦੀਪ ਪੇਸ਼ੀ 'ਤੇ ਬੋਲਿਆ ਸੀਗਾ ਕਿ ਮੇਰੇ ਨਾਲ ਇਹਨਾਂ ਨੇ ਬੁਰੀ ਕੀਤੀ ਆ ਜੀ। ਹੁਣ ਜਦੋਂ ਨਵਦੀਪ ਰਿਹਾ ਹੋ ਗਿਆ, ਓਬੀਅਸ ਹੈ ਕਿ ਪੱਤਰਕਾਰਾਂ ਨੇ ਭੱਜਣਾ ਹੁੰਦਾ ਹੈ ਐਸੇ ਚਿਹਰੇ ਵੱਲ, ਉਹ ਜਦੋਂ ਹੁਣ ਇੰਟਰਵਿਊ ਕਰ ਰਹੇ ਨੇ ਤਾਂ ਨਵਦੀਪ ਕੀ ਕਹਿ ਰਿਹਾ, ਉਹੀ ਕਹਾਣੀ ਦੁਹਰਾ ਰਿਹਾ ਕਿ ਮੇਰੇ ਚੱਡੇ ਪਾੜ ਦਿੱਤੇ ਗਏ ਜੀ, ਮਤਲਬ ਕਿ ਚੱਡੇ ਖਿੱਚ ਕੇ ਪਾੜਦੇ ਨੇ, ਤੁਸੀਂ ਆਪ ਹੀ ਸਮਝ ਲਓ ਕਿ ਜਿਵੇਂ ਮੁਰਗਾ ਪਾੜੀ ਦਾ ਆਹੀ ਹਿਸਾਬ ਕਿਤਾਬ ਹੁੰਦਾ ਹੈ ਕਿ ਮੈਨੂੰ ਬਰਫ਼ ਦੀ ਸਿੱਲੀ 'ਤੇ ਲਟਾਇਆ ਗਿਆ, 40-40, 45-45 ਬੰਦੇ ਰਿਮਾਂਡ ਰੂਮ ਦੇ ਵਿੱਚ, ਮਤਲਬ ਕਿ ਜਲੀਲ ਕਰਨਾ ਹੁੰਦਾ ਨਾ ਤੁਹਾਨੂੰ, ਨੰਗਿਆ ਕੀਤਾ 40-45 ਬੰਦਾ ਦੇ ਸਾਹਮਣੇ, ਟਿਚਰਾਂ ਕਰਦੇ ਨੇ, ਉਹ ਮੈਂ ਹੁਣ ਦੱਸ ਨਹੀਂ ਸਕਦਾ ਕਿਸ ਤਰ੍ਹਾਂ ਦੀਆਂ ਗੱਲਾਂ ਕਰਦੇ ਨੇ ਜਦੋਂ ਬੰਦਾ ਅਲਫ ਨੰਗਾ ਹੁੰਦਾ ਨਾ ਇਹਨਾਂ ਦੇ ਸਾਹਮਣੇ, ਕਈ ਤਾਂ ਡੰਡੇ ਲਾਉਂਦੇ ਨੇ ਤੁਹਾਡੇ ਗੁਪਤੰਗਾਂ ਨੂੰ, ਇਹ ਬੜੇ ਮਤਲਬ ਕਿ ਉੱਥੇ ਕਸਾਈ ਪੁਣਾ ਕਰਦੇ ਨੇ ਕਈ ਪੁਲਿਸ ਵਾਲੇ ਇਸ ਤਰ੍ਹਾਂ ਦੇ ਹੁੰਦੇ ਆ, ਔਰ ਇੰਟੈਰੋਗੇਸ਼ਨ ਜਿਹੜੀ ਇਸ ਤਰ੍ਹਾਂ ਦੀ ਕਰਦੇ ਆ ਜਾਂ ਥਰਡ ਡਿਗਰੀ ਟੋਰਚਰ ਦਿੰਦੇ, ਉਹਦੇ ਵਿੱਚ ਥਾਣੇ 'ਚ 5-7 ਬੰਦੇ ਇਸ ਤਰ੍ਹਾਂ ਦੇ ਹੁੰਦੇ ਆ ਜੀ, ਉਹਨਾਂ ਦੀ ਜਿਹੜੀ ਮਤਲਬ ਕਿ ਸਾਈਕੀ ਆ ਨਾ, ਕਈ ਮੁਲਾਜ਼ਮ ਤੇ ਵਿਚਾਰੇ ਇੰਨੇ ਸ਼ਰੀਫ ਹੁੰਦੇ ਆ ਕਿ ਜਦੋਂ ਚੀਕ ਝਿਆੜਾ ਹੁੰਦਾ ਤੇ ਉਹ ਬਾਹਰ ਹੀ ਨਿਕਲ ਜਾਂਦੇ ਆ, ਕਮਜ਼ੋਰ ਹੁੰਦੇ ਆ ਜਾਂ ਕਹਿ ਲਓ ਕਿ ਥੋੜਾ ਸਮਝਦਾਰਦਾਨਾ, ਹਾਂਜੀ ਹਾਂਜੀ ਬਿਲਕੁਲ, ਸੁਭਾਅ ਰੱਖਦੇ ਆ। ਤਾਂ ਇਸ ਤਰ੍ਹਾਂ ਹੁੰਦਾ ਕਿ ਇੰਟੈਰੋਗੇਸ਼ਨ ਦੇ ਵਿੱਚ ਸਪੈਸ਼ਲਿਸਟ ਇੰਸਪੈਕਟਰ ਹੁੰਦੇ ਆ ਜਾਂ ਅਫਸਰ ਹੁੰਦੇ ਆ ਜਾਂ ਜਿਹੜੇ ਥੱਲੇ ਅੰਜਾਮ ਦਿੰਦੇ ਆ, ਲਾਗੂ ਕਰਦੇ ਨਾ ਸਾਰੀਆਂ ਚੀਜ਼ਾਂ ਨੂੰ, ਉਹ ਬੰਦੇ ਜਿਹੜੇ ਅੱਡ ਤੋਂ ਕੋਈ ਸਿਪਾਹੀ ਕਹਿ ਲਓ ਹੌਲਦਾਰ ਹੁੰਦੇ ਆ ਜੀ, ਉਹਨੇ ਸਾਰੀ ਇੰਟੈਰੋਗੇਸ਼ਨ ਦੀ ਆਪਣੀ ਕਹਾਣੀ ਦੱਸੀ ਆ। ਤੁਸੀਂ ਸੋਚ ਕੇ ਵੇਖੋ ਕਿ ਕੀ ਪੁਲਿਸ ਵਾਲਿਆਂ ਦੇ ਗੋਂਗਲੂ ਪੱਟੇ ਆ ਨਵਦੀਪ ਨੇ, ਕਿਉਂਕਿ ਹਰਿਆਣੇ ਦੀ ਪੁਲਿਸ ਵੀ ਆਪਣੇ ਵਾਂਗੂ ਬਹੁਤੀ ਪੁਲਿਸ ਜਿਹੜੀ ਆ ਉਹ ਪੇਂਡੂ ਖੇਤਰ ਦੀ ਪੁਲਿਸ ਆ ਜੀ, ਬਿਲਕੁਲ, ਮਤਲਬ ਕਿਸਾਨੀ ਨਾਲ ਜੁੜੀ ਜੀ ਜੀ ਜੀ, ਜਿਵੇਂ ਆਪਣੀ ਪੁਲਿਸ ਆ ਜਿਹੜੀ ਉਹਦੀ ਮਾਨਸਿਕਤਾ ਵੀ ਉਹੀ ਆ ਜੇ ਤੁਸੀਂ ਦੇਖੋਗੇ, ਕਿਉਂਕਿ ਜੱਟ ਡੋਮੀਨੈਂਸ ਜੀ, ਤਾਂ ਉਹੀ ਚੀਜ਼ ਜਿਹੜੀ ਆ ਉਹ ਤੁਹਾਨੂੰ ਪੁਲਿਸ ਦੇ ਸੁਭਾਅ 'ਚ ਵੀ ਨਜ਼ਰ ਆਏਗੀ, ਕਿਉਂਕਿ ਮੈਂ ਪੁਲਿਸ ਬਾਰੇ ਕਾਫੀ ਕਰਦਾ ਰਹਿੰਦਾ, ਤੁਹਾਨੂੰ ਕੱਲ੍ਹ ਵੀ ਗੱਲ ਦੱਸੀ ਸੀ, ਗੱਲ ਹੋਈ ਸੀ ਬਿਲਕੁਲ, ਤਾਂ ਉਹ ਚੀਜ਼ ਉੱਥੇ ਵੀ ਲਾਗੂ ਆ, ਕਿਉਂਕਿ ਹਰਿਆਣਾ ਪੰਜਾਬ ਕੋਈ ਬਹੁਤਾ ਜੁਦਾ ਨਹੀਂ ਹੈ ਸੁਭਾਅ ਪੱਖੋਂ ਜਾਂ ਕਹਿ ਲਓ ਕਿ ਸੱਭਿਆਚਾਰ ਪੱਖੋਂ, ਸਮਾਜਿਕ ਚੀਜ਼ਾਂ ਪੱਖੋਂ। ਤਾਂ ਤੁਸੀਂ ਸੋਚ ਕੇ ਦੇਖੋ ਕਿ ਪੁਲਿਸ ਦੇ ਨਾਲ ਕੋਈ ਨਵਦੀਪ ਦੀ ਕੋਈ ਪਰਸਨਲ ਦੁਸ਼ਮਣੀ ਤਾਂ ਹੈ ਨਹੀਂ ਜੀ, ਜੇ ਉਸਨੂੰ ਇੰਨਾ ਕੁੱਟਿਆ ਗਿਆ ਇੱਕ ਲੀਡਰ ਨੂੰ, ਨੌਜਵਾਨ ਲੀਡਰ ਨੂੰ, ਤਾਂ ਕਿਤੇ ਨਾ ਕਿਤੇ ਪਿੱਛੋਂ ਕੋਈ ਹੁਕਮ ਆਇਆ ਤਦੇ ਹੀ ਆ ਨਾ ਜੀ। ਤਾਂ ਜਦ ਪਿੱਛੋਂ ਇਸ ਤਰ੍ਹਾਂ ਦੇ ਹੁਕਮ ਆਉਂਦੇ ਆ ਕਿ ਫਲਾਣੇ ਬੰਦੇ ਨੂੰ ਇੰਨਾ ਜ਼ਲੀਲ ਕਰੋ, ਫਲਾਣੇ ਬੰਦੇ ਨੂੰ ਇੰਨਾ ਪਰੇਸ਼ਾਨ ਕਰੋ, ਕੁੱਟੋ ਮਾਰੋ, ਤਾਂ ਜ਼ਾਹਰ ਜੀ ਗੱਲ ਆ ਕਿ ਇੱਕ ਖਿਝ ਨਿਕਲਦੀ ਆ ਜੀ, ਮਤਲਬ ਕਿ ਇੱਕ ਨਫ਼ਰਤ ਪੈਦਾ ਹੋ ਜਾਂਦੀ ਆ ਇਹਨਾਂ ਦੀ। ਵੈਸੇ ਵੀ ਜੇ ਤੁਸੀਂ ਵਿਚਾਰਧਾਰਕ ਪੱਖੋਂ ਦੇਖੋਗੇ ਨਾ, ਜੇ ਮੈਂ ਲੈ ਜਾਵਾਂ ਤੁਹਾਨੂੰ ਜਿੱਥੇ ਇਹਨਾਂ ਦੀ ਜੜ ਹੈ ਜੀ, ਤਾਂ ਉੱਥੇ ਕੀ ਆ ਕਿ ਵਰਣ ਵੰਡ ਆ। ਵਰਣ ਵੰਡ ਦੇ ਵਿੱਚ ਦੇਖੋ ਜਿਹੜੇ ਆਪਣੇ ਮਤਲਬ ਕਿ ਆਪਾਂ ਕਹਿ ਲਈਏ ਓ ਬੀ ਸੀ ਆ ਜਿਹੜੇ, ਉਹ ਕਿੱਥੇ ਖਲੋਂਦੇ ਮੈਨੂੰ ਦੱਸਣ ਦੀ ਜ਼ਰੂਰਤ ਨਹੀਂ ਹੈ ਇਹਨਾਂ ਦੀ ਵਰਣ ਵੰਡ ਦੇ ਅਨੁਸਾਰ। ਤਾਂ ਜਿੱਥੇ ਹੁਣ ਬਾਕੀ ਥਾਂ 'ਤੇ ਕਿਸਾਨਾਂ ਦਾ ਕੀ ਹਾਲ ਹੈ ਸਭ ਨੂੰ ਪਤਾ ਜੀ,
ਪਰ ਨੌਰਥ ਇੰਡੀਆ ਦੇ ਵਿੱਚ ਜਿੱਦਾਂ ਵੈਸਟਰਨ ਯੂਪੀ ਆ, ਪੰਜਾਬ, ਹਰਿਆਣਾ, ਇੱਥੋਂ ਦੇ ਇਹ ਜਿਹੜੇ ਹੈਗੇ ਨੇ ਜਾਟ ਜੱਟ ਜਿਹੜੇ ਆ ਉਹ ਖੁਸ਼ਹਾਲ ਨੇ ਜੀ। ਤਾਂ ਕਿਤੇ ਨਾ ਕਿਤੇ ਇਹ ਚੀਜ਼ ਜਿਹੜੀ ਹੈ ਨਾ, ਉਹ ਮੈਂ ਜਿਵੇਂ ਤੁਹਾਨੂੰ ਦੱਸਿਆ ਕਿ ਜਿੱਥੇ ਰੂਟਸ ਹੁੰਦੀਆਂ ਨੇ ਕਿਸੇ ਆਈਡੀਓਲੋਜੀ ਦੀਆਂ, ਉਹਦੇ ਨਾਲ ਵੀ ਜੋੜੀਆਂ ਜਾਂਦੀਆਂ। ਬਿਲਕੁਲ, ਕਿ ਇੱਕ ਤਾਂ ਇਹ ਫੌਜ 'ਚ ਜਾਂਦੇ ਆ, ਉਹ ਫੌਜ ਦੀ ਨੌਕਰੀ ਨੂੰ ਵੀ ਲੱਤ ਪੱਕੀ ਨੂੰ, ਫਿਰ ਦੂਸਰੀ ਖੇਤੀ ਆ, ਮਤਲਬ ਕਿ ਜਵਾਨ ਵੀ ਅਤੇ ਕਿਸਾਨ ਵੀ ਦੋਨਾਂ ਪੱਖਾਂ, ਯਾਨੀ ਫੌਜ ਵੀ ਅਤੇ ਖੇਤੀ ਦੀ ਮੌਜ ਵੀ ਦੋਨਾਂ ਪਾਸਿਓਂ ਝਟਕਾ ਦਿੱਤਾ ਗਿਆ। ਆਰਥਿਕਤਾ ਦੇ ਲਿਹਾਜ਼ ਨਾਲ ਦੇਖੋਗੇ ਤਾਂ, ਚਾਹੇ ਉਹ ਖੇਤੀ ਕਾਨੂੰਨ ਦੀ ਆਪਾਂ ਗੱਲ ਕਰ ਲਈਏ ਪਿੱਛੇ ਲਿਜਾ ਕੇ, ਅਤੇ ਚਾਹੇ ਹੁਣ ਆ ਜੋ ਚੱਲਦਾ ਮੌਜੂਦਾ ਸਮੇਂ ਦੇ ਵਿੱਚ, ਅਤੇ ਚਾਹੇ ਅਗਨੀਵੀਰ ਸਕੀਮ ਆ, ਹੁਣ ਉਹ ਖਿੱਚ ਜਿਹੜੀ ਆ ਫਿਰ ਇੱਥੋਂ ਹੀ ਉਜਾਗਰ ਹੁੰਦੀ ਆ ਕਿ ਤੁਸੀਂ ਇੱਕ ਨੌਜਵਾਨ ਲੀਡਰ ਆ ਜਿਹਦਾ ਕੋਈ ਯਾਰ ਇਹ ਨਹੀਂ ਹੈਗਾ ਕਿ ਕੋਈ ਅੱਤਵਾਦੀ ਬੈਕਗਰਾਊਂਡ ਆ, ਉਹਨੇ ਕੋਈ ਬੰਬ ਸੁੱਟਿਆ, ਹਾਂਜੀ ਕੋਈ ਉਹਨੂੰ ਟੈਰਰ ਫੰਡਿੰਗ ਹੋਈ ਆ, ਕੁਝ ਐਸਾ ਤਾਂ ਹੈ ਨਹੀਂਗਾ।